ਹਾਲ ਚਾਲ ਨੇ, ਮੇਰਾ ਨਾਮ ਹੈ ਪ੍ਰਭਦੀਪ ਸਿੰਘ। ਆਪਣੇ ਯੂਟਿਊਬ ਚੈਨਲ ਤੇ ਮੈਂ ਇੱਕ ਨਵਾਂ ਸੈਗਮੈਂਟ ਸ਼ੁਰੂ ਕਰਨ ਜਾ ਰਿਹਾ, ਇਹ ਹੋਊਗਾ ਆਡੀਓ ਬੁੱਕਸ ਨਾ ਬੁੱਕਸ ਆਡੀਓ ਬੁੱਕਸ ਦਾ ਨਹੀਂ, ਬੁੱਕਸ ਦਾ ਰਿਵਿਊ, ਇੰਪ੍ਰੈਸ਼ਨ ਜਾਂ ਸਮਰੀਜ ਜਾਂ ਮੇਰੀਆਂ ਥਾਟਸ ਕੀ ਨੇ ਕੋਈ ਬੁੱਕ ਬਾਰੇ। ਅੱਛਾ, ਬੁੱਕਸ ਕਿਹੜੀਆਂ? ਜਿੱਦਾਂ ਆਪਣੀਆਂ ਸੈਲਫ ਹੈਲਪ ਜਾਂ ਪਰਸਨੈਲਿਟੀ ਡਿਵੈਲਪਮੈਂਟ ਬੁੱਕਸ, ਜਿਹਨੂੰ ਨਾਨ ਫਿਕਸ਼ਨ ਕਹਿੰਦੇ ਆ। ਨਾਨ ਫਿਕਸ਼ਨ ਮਤਲਬ ਕਿ ਜਿਹੜੀਆਂ ਰੀਅਲ ਬੁੱਕਸ ਨੇ, ਅਸਲੀ ਅਸਲੀ ਚੀਜ਼ਾਂ ਬਾਰੇ ਗੱਲਾਂ ਕਰਦੀਆਂ ਨੇ ਕਿਤਾਬਾਂ, ਉਹ ਵਾਲੀ ਕਿਤਾਬਾਂ ਮੈਂ ਜਦੋਂ ਮੈਂ ਟਰੱਕ ਚਲਾਉਂਦਾ, ਮੇਰੇ ਕੋਲ ਟਾਈਮ ਬਹੁਤ ਹੁੰਦਾ ਵਿਹਲਾ, ਕਿਉਂਕਿ ਰੋਡ ਹਾਈਵੇ ਸਿੱਧੇ ਹੁੰਦੇ ਆ ਨਾ, ਮੈਂ ਉਦੋਂ ਆਡੀਓ ਬੁੱਕ ਸੁਣਦਾ ਰਹਿੰਦਾ ਆਪਣੀ ਨੌਲੇਜ ਵਧਾਉਣ ਦੀ। ਹੁਣ ਮੈਂ ਕੀ ਡਿਸਾਈਡ ਕੀਤਾ ਕਿ ਯੂਟਿਊਬ ਚੈਨਲ ਤੇ ਜਿਹੜੀ ਵੀ ਕੋਈ ਬੁੱਕ ਸੁਣਿਆ ਕਰਨੀ ਆ, ਉਹਦੇ ਬਾਰੇ ਥੋੜੀ ਜਿਹੀ 10-15 ਮਿੰਟ ਜਾਂ 5 ਮਿੰਟ, ਪਤਾ ਨੀ ਕਿੰਨੇ ਮਿੰਟ, ਉਹ ਤਾਂ ਡਿਪੈਂਡ ਕਰਦਾ ਬੁੱਕ ਤੇ, ਉਹਦੇ ਬਾਰੇ ਗੱਲਬਾਤ ਕਰਿਆ ਕਰਨੀ, ਉਹਦੇ ਵਿੱਚ ਆਈਡੀਆਜ਼ ਕਿਹੜੇ ਕਿਹੜੇ ਸੀਗੇ, ਲੈਸਨਸ ਕਿਹੜੇ ਕਿਹੜੇ ਦਿੱਤੇ ਉਹਨੇ ਆਥਰ ਨੇ ਹਨਾ, ਤੇ ਉਹ ਮੈਂ ਆਪਣੀ ਉਹਦੀ ਇੱਕ ਡਿਫਰੈਂਟ ਵੀਡੀਓ ਬਣਾਇਆ ਕਰਦੀ ਹਾਂ ਹਰੇਕ ਆਡੀਓ ਬੁੱਕ ਦੀ ਜਿਹੜੀ ਹੁਣ ਸੁਣਿਆ ਕਰਦੀ ਹਾਂ। ਇਹ ਹੈਗਾ ਆਈਡੀਆ ਇਹ ਸੈਗਮੈਂਟ ਦਾ, ਤੇ ਆਹ ਵੀਡੀਓ ਜਿਹੜੀ ਹੈ ਪਹਿਲੀ ਵੀਡੀਓ ਇਸ ਸੈਗਮੈਂਟ ਦੀ। ਇਸ ਵੀਡੀਓ ਚ ਮੈਂ ਕੋਈ ਬੁੱਕ ਹੁਣ ਚੂਜ਼ ਕਰਕੇ ਤੇ ਉਹਦੇ ਉੱਤੇ ਆਪਣੇ ਇੰਪ੍ਰੈਸ਼ਨਸ, ਰਿਵਿਊ ਤੇ ਆਪਣੀ ਸਮਰੀ ਦਊਂਗਾ ਕੋਈ ਨਾ ਕੋਈ, ਤੇ ਕਰਦੇ ਆਂ ਆਪਾਂ ਇਹ ਵੀ ਸੈਗਮੈਂਟ ਸ਼ੁਰੂ ਕਰਦੇ ਆਂ ਬੁੱਕ ਦੇ ਰਿਵਿਊ ਵਾਲੇ ਸੈਗਮੈਂਟ ਦੀ। ਜਿਹੜੀ ਮੈਂ ਪਹਿਲੀ ਬੁੱਕ ਸੁਣਦਾ ਆ ਜੋ ਹੈਗੀ ਆ, ਹਾਊ ਟੂ ਸਟਾਪ ਵਰਿੰਗ ਐਂਡ ਸਟਾਰਟ ਲਿਵਿੰਗ ਬਾਈ ਡੇਲ ਕਾਰਨਗੀ। ਬੁੱਕ ਬੇਸਿਕਲੀ ਹੈਗੀ ਹੈ ਕਿ ਜਿਹੜੀ ਆਪਾਂ ਚਿੰਤਾ ਜਾਂ ਵਰੀ ਕਰਦੇ ਰਹਿੰਦੇ ਆ ਉਹਨੂੰ ਕਿਵੇਂ ਖਤਮ ਕਰਨਾ ਆ ਤੇ ਲਾਈਫ ਨੂੰ ਕਿਵੇਂ ਪੂਰਾ ਕੰਪਲੀਟ ਜੀਣਾ ਹੈ ਬਿਨਾਂ ਚਿੰਤਾ ਦੇ, ਲਾਈਫ 'ਚ ਸਟ੍ਰੈਸਸ ਨੇ ਉਹਨਾਂ ਤੋਂ ਦੂਰ ਰਹਿ ਕੇ, ਉਹਦੇ ਮੈਂ ਕੁਝ ਨੋਟਸ ਹੋਏ ਆ ਉਹਦੇ ਬਾਰੇ ਥੋੜ੍ਹੀ ਜਿਹੀ ਗੱਲਬਾਤ ਕਰੂੰਗਾ। ਉਹਦੇ 'ਚ ਕਿਹੜੇ ਕਿਹੜੇ ਆਈਡੀਆਜ਼ ਨੇ ਮੇਨ ਮੇਨ ਜਿਹੜੇ ਜਿਹੜੇ ਮੈਨੂੰ ਵਧੀਆ ਲੱਗੇ ਜਾਂ ਜਿਹਨਾਂ ਦੀ ਮੈਨੂੰ ਸਮਝ ਲੱਗੀ, ਤੇ ਬੁੱਕ ਦਊਂਗਾ ਰਿਵਿਊ। ਪਹਿਲੀ ਜਿਹੜੀ ਗੱਲ ਹੈਗੀ ਆ ਕਿ ਜਦੋਂ ਆਪਾਂ ਕਿਸੇ ਚੀਜ਼ ਦੀ ਚਿੰਤਾ ਕਰਦੇ ਹਾਂ ਹਨਾ, ਵਰੀ ਹੁੰਦੀ ਹੈ ਕਿ ਇੱਦਾਂ ਹੋ ਜਾਏ ਜਾਂ ਉੱਦਾਂ ਹੋ ਜਾਏ ਜਾਂ ਆਹ ਹੋ ਸਕਦਾ ਜਾਂ ਇੱਦਾਂ ਹੋ ਸਕਦਾ, ਪਹਿਲਾਂ ਸੋਚ ਲਓ ਕਿ ਸਭ ਤੋਂ ਵੱਧ ਬੁਰਾ ਕੀ ਹੋਜੂਗਾ ਜੇ ਹੋ ਵੀ ਜਾਵੇ। ਜੇ ਮੰਨ ਲਓ ਆਪਾਂ ਕਿਸੇ ਚੀਜ਼ ਦੀ ਕੋਈ ਚਿੰਤਾ ਕਰ ਰਹੇ ਹਾਂ ਕਿ ਐਜ਼ ਐਨ ਐਗਜ਼ਾਮਪਲ ਆਪਾਂ ਸੜਕ ਤੇ ਨਿਕਲਾਂ ਨਾ ਗੱਡੀ ਲੈ ਕੇ, ਜੋ ਵਰੀ ਕਰਦੇ ਰਹਿੰਦੇ ਹਾਂ ਕਿ ਯਾਰ ਗੱਡੀ ਦਾ ਐਕਸੀਡੈਂਟ ਨਾ ਹੋ ਜਾਵੇ, ਇਹ ਬੜਾ ਐਗਜ਼ਾਮਪਲ ਬਹੁਤ ਗਲਤ ਹੈ ਕਿ ਜੇ ਐਕਸੀਡੈਂਟ ਹੋਏ ਬੰਦਾ ਮਰ ਸਕਦਾ। ਪਰ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਸੋਚ ਲਓ ਕਿ ਵੱਧ ਤੋਂ ਵੱਧ ਮਾੜੇ ਤੋਂ ਮਾੜਾ ਕੀ ਹੋਜੂਗਾ, ਤੇ ਜੇ ਹੋ ਵੀ ਜਾਵੇ ਤੇ ਕੀ ਉਹਨਾਂ ਦੁਨੀਆਂ ਖਤਮ ਹੋ ਜਾਂਦੀ ਆ, ਕਿਉਂਕਿ ਮੋਸਟਲੀ ਜਿਹੜੀਆਂ ਆਪਾਂ ਲਾਈਫ ਚੀਜ਼ਾਂ ਦੀ ਵਰੀ ਕਰਦੇ ਆ ਉਹ ਚੀਜ਼ਾਂ ਅਲਟੀਮੇਟਲੀ ਇੰਨੀਆਂ ਬੁਰੀਆਂ ਨਹੀਂ ਹੁੰਦੀਆਂ ਹਨਾ, ਉਹ ਆਪਾਂ ਸੋਚ ਲੈਂਦੇ ਕਿ ਪਤਾ ਨੀ ਕੀ ਹੋ ਜਾਣਾ। ਤਾਂ ਕਰਕੇ ਇਹਦੇ 'ਚ ਪਹਿਲਾ ਆਈਡੀਆ ਸੀਗਾ ਕਿ ਸੋਚ ਲਓ, ਸਟਾਰਟਿੰਗ 'ਚ ਸੋਚ ਲਓ ਕਿ ਸਭ ਤੋਂ ਵੱਧ ਮਾੜਾ ਕੀ ਹੋਜੂਗਾ ਕਿਸੇ ਵੀ ਚੀਜ਼ ਦੀ ਵਰੀ ਕਰਨ ਤੋਂ ਪਹਿਲਾਂ। ਦੂਜਾ ਜਿਹੜਾ ਮੈਂ ਨੋਟਸ ਲਿਖਿਆ ਹੋਇਆ ਗੈਟ ਬਿਜ਼ੀ। ਗੈਟ ਬਿਜ਼ੀ ਮਤਲਬ ਕਿ ਕੋਈ ਕਿਸੇ ਜਗ੍ਹਾ ਤੇ ਬਿਜ਼ੀ ਹੋ ਲਓ, ਕੋਈ ਕੰਮ ਫੜ ਲਓ ਜਾਂ ਕਿਤੇ ਨਾ ਕਿਤੇ, ਕਿਉਂਕਿ ਜਿਹੜਾ ਵਿਹਲਾ ਮਨ, ਜਿੱਦਾਂ ਆਪਣੀ ਪੰਜਾਬੀ 'ਚ ਕਹਾਵਤ ਹੈ ਕਿ ਵਿਹਲਾ ਮਨ ਸ਼ੈਤਾਨ ਦਾ ਘਰ, ਜਦੋਂ ਆਪਾਂ ਵਿਹਲੇ ਹੁੰਦੇ ਹਾਂ ਉਦੋਂ ਸਾਡੇ ਦਿਮਾਗ 'ਚ ਇੱਦਾਂ ਦੀਆਂ ਸੋਚਾਂ ਹੁੰਦੀਆਂ ਕਿ ਯਾਰ ਫੱਕ ਮੈਨ ਇੱਦਾਂ ਨਾ ਹੋ ਜਾਵੇ, ਉੱਦਾਂ ਨਾ ਹੋ ਜਾਵੇ, ਇਸ ਚੀਜ਼ ਦੀ ਚਿੰਤਾ, ਕਿਸੇ ਕਦੇ ਕਿਸੇ ਚੀਜ਼ ਦੀ ਚਿੰਤਾ, ਕਦੇ ਕਿਸੇ ਚੀਜ਼ ਦੀ ਚਿੰਤਾ ਹਨਾ। ਸੋ ਇਹ ਬਹੁਤ ਵਧੀਆ ਪੁਆਇੰਟ ਲੱਗਾ ਮੈਨੂੰ ਵਿੱਚ ਕਿ ਬਿਜ਼ੀ ਹੋ ਜਾਓ, ਕੁਛ ਨਾ ਕੁਛ ਕਰਨ ਲੱਗ ਪਓ, ਕੁਛ ਨਾ ਕੁਛ ਤੂੰ ਕਰਦੇ ਰਹਿੰਦੇ, ਤੁਹਾਡਾ ਧਿਆਨ ਉੱਧਰ ਰਹਿੰਦਾ ਆ, ਉਹਦੇ ਨਾਲ ਤੁਸੀਂ ਚਿੰਤਾ ਨਹੀਂ ਲੈਂਦੇ ਕਿਸੇ ਚੀਜ਼ ਦੀ, ਕੋਈ ਵਰੀ ਨਹੀਂ ਕਰਦੇ ਹਨਾ। ਤੀਜਾ ਪੁਆਇੰਟ ਮੈਂ ਨੋਟਿਸ ਕੀਤਾ ਕਿ ਜੋ ਪਾਸਟ ਦੇ ਵਿੱਚ ਹੋ ਗਿਆ, ਜੋ ਹੋ ਚੁੱਕਿਆ ਆਲਰੇਡੀ, ਉਸ ਚੀਜ਼ ਬਾਰੇ ਚਿੰਤਾ ਲੈਣ ਦੀ ਕੋਈ ਪੁਆਇੰਟ ਹੈਗਾ ਹੀ ਨਹੀਂ, ਜੋ ਪਾਸਟ ਹੋ ਚੁੱਕਿਆ। ਕਿਉਂਕਿ ਆਪਾਂ ਕਈ ਵਾਰੀ ਸਾਡੇ ਦਿਮਾਗ 'ਚ ਉਹਨਾਂ ਚੀਜ਼ਾਂ ਦੀ ਸਟ੍ਰੈਸ ਹੋ ਜਾਂਦੀ ਕਿ ਯਾਰ ਇੱਦਾਂ ਹੋ ਗਿਆ, ਜਿੱਦਾਂ ਕਹਿੰਦੇ ਇੱਕ ਇੰਗਲਿਸ਼ ਕਹਾਵਤ ਹੈ ਕਿ ਡੋਂਟ ਕਰਾਏ ਓਵਰ ਸਪਿਲਡ ਮਿਲਕ, ਕਿ ਜਿਹੜਾ ਦੁੱਧ ਡੁੱਲ ਗਿਆ ਉਹ ਡੁੱਲ ਗਿਆ, ਉਹ ਟਾਈਮ ਨਿਕਲ ਚੁੱਕਿਆ, ਕਿ ਜੋ ਪਾਸਟ 'ਚ ਹੋ ਗਿਆ ਉਹਦੇ ਬਾਰੇ ਵਰੀ ਕਰਨ ਦਾ ਨਾ ਕੋਈ ਫਾਇਦਾ ਆ, ਨਾ ਉਹਨੇ ਤੁਹਾਨੂੰ ਵਰੀ ਨੇ ਕੋਈ ਤੁਹਾਨੂੰ ਆਊਟਕਮ ਦੇਣੀ। ਇਸ ਚੀਜ਼ ਨੂੰ ਅੰਡਰਸਟੈਂਡ ਕਰਨਾ ਬਹੁਤ ਜ਼ਰੂਰੀ ਹੈ। ਇਸ ਬੁੱਕ ਨੇ ਇਸ ਚੀਜ਼ ਨੂੰ ਆਊਟਲਾਈਨ ਕੀਤਾ ਕਿ ਜੋ ਪਾਸਟ 'ਚ ਹੋ ਗਿਆ ਉਹ ਤਾਂ ਪਹਿਲਾਂ ਜਮ੍ਹਾਂ ਛੱਡਣਾ ਸਿੱਖੋ, ਕਿ ਉਸ ਚੀਜ਼ ਦਾ ਕੋਈ ਪੁਆਇੰਟ ਹੈਗਾ ਹੀ ਨਹੀਂ ਪਾਸਟ 'ਚ ਹੋਈ ਕਿਸੇ ਵੀ ਚੀਜ਼ ਦਾ। ਇਹ ਸੀਗਾ ਤੀਜਾ ਪੁਆਇੰਟ ਇਸ ਬੁੱਕ ਦੇ ਵਿੱਚ। ਚੌਥਾ ਪੁਆਇੰਟ ਹੈਗਾ ਕਿ ਜਦੋਂ ਆਪਾਂ ਸਿਰਫ ਆਪਣੇ ਬਾਰੇ ਸੋਚਦੇ ਹਾਂ, ਜਿੱਦਾਂ ਮੈਂ ਜੇ ਸਿਰਫ ਆਪਣੇ ਬਾਰੇ ਸੋਚੀ ਜਾਵਾਂ ਕਿ ਮੇਰੇ ਨਾਲ ਇੱਦਾਂ ਨਾ ਹੋ ਜਾਏ ਜਾਂ ਮੇਰੇ ਨਾਲ ਉੱਦਾਂ ਨਾ ਹੋ ਜਾਏ, ਫਿਰ ਅਸੀਂ ਵੱਧ ਟੈਨਸ਼ਨ ਲੈਂਦੇ ਹਾਂ। ਪਰ ਜਦੋਂ ਆਪਾਂ ਸੋਚਦੇ ਹਾਂ ਇੱਕ ਡਿਫਰੈਂਟ ਤਰੀਕੇ ਨਾਲ ਹੋਇਆ ਕਿ ਆਪਾਂ ਦੂਜੇ ਲੋਕਾਂ ਦੀ ਹੈਲਪ ਕਰਨ ਬਾਰੇ ਸੋਚਦੇ ਹਾਂ, ਜਾਂ ਦੂਜੇ ਲੋਕਾਂ ਨੂੰ ਜੇ ਕਿਤੇ ਕੋਈ ਕਿਸੇ ਪ੍ਰੋਬਲਮ 'ਚ ਆ ਉਹਦੇ ਨਾਲ ਗੱਲਬਾਤ ਕਰਕੇ ਉਹਨੂੰ ਉਸ ਪ੍ਰੋਬਲਮ 'ਚੋਂ ਕੱਢਣ ਬਾਰੇ ਸੋਚਦੇ ਹਾਂ, ਜਦੋਂ ਆਪਾਂ ਆਪਣੀ ਅਟੈਨਸ਼ਨ ਆਪਣੇ ਤੋਂ ਚੁੱਕ ਕੇ ਮੈਂ ਤੋਂ ਲਾ ਕੇ ਦੁਨੀਆਂ ਦੇ ਉੱਤੇ ਜਾਂ ਦੂਜੇ ਲੋਕਾਂ ਦੀ ਹੈਲਪ ਕਰਨ ਉੱਤੇ ਫੋਕਸ ਕਰਨ ਲੱਗ ਪੈਂਦੇ ਹਾਂ, ਫਿਰ ਜਿਹੜੀ ਸਟ੍ਰੈਸ ਆ ਚਿੰਤਾ ਦਿਮਾਗ 'ਤੇ ਉਹ ਬਿਲਕੁਲ ਹੀ ਘੱਟ ਜਾਂਦੀ ਹੈ। ਕਿਉਂਕਿ ਅਸੀਂ ਜਦੋਂ ਆਪਣੇ ਆਪ ਨੂੰ ਇੱਕ ਮੇਨ ਪੁਆਇੰਟ ਬਣਾ ਕੇ ਸੋਚਦੇ ਹਾਂ, ਆਪਣੇ ਆਪ ਬਾਰੇ ਸੋਚਦੇ ਕਿ ਮੈਂ, ਉਦੋਂ ਅਸੀਂ ਡਰਦੇ ਰਹਿੰਦੇ ਹਾਂ ਕਿ ਮੇਰੇ ਨਾਲ ਇੱਦਾਂ ਨਾ ਹੋ ਜਾਵੇ, ਮੇਰੇ ਨਾਲ ਉੱਦਾਂ ਨਾ ਹੋ ਜਾਵੇ। ਪਰ ਜਦੋਂ ਆਪਾਂ ਇੱਕ ਸਰਵਿਸ ਦੇ ਤਰੀਕੇ ਨਾਲ ਸੋਚਦੇ ਹਾਂ ਜਾਂ ਕਿਸੇ ਦੀ ਆਪਣੇ ਆਪ ਨੂੰ ਕਿਸੇ ਦੀ ਸੇਵਾ ਵੱਲ ਲਾਉਂਦੇ ਹਾਂ ਹਨਾ, ਉਹਦੇ ਨਾਲ ਬੰਦਾ ਸੇਵਾ ਇੱਦਾਂ ਵੀ ਸੋਚ ਕੇ ਗੁਰਦੁਆਰੇ ਦੀ ਸੇਵਾ ਬਣ ਲਓ ਹਨਾ, ਕਿ ਆਪਾਂ ਜੇਕਰ ਗੁਰਦੁਆਰੇ ਜਾ ਕੇ ਸੇਵਾ ਕਰਦੇ ਹਾਂ, ਆਪਾਂ ਦੂਜਿਆਂ ਬਾਰੇ ਸੋਚ ਕੇ ਕੁਛ ਕਰ ਰਹੇ ਹਾਂ, ਉਹਦੇ
ਨਾਲ ਜਿਹੜੀ ਮਨ ਦੀ ਸਟ੍ਰੈਸ ਆ ਜਿਹੜੀਆਂ ਚਿੰਤਾਵਾਂ ਨੇ ਉਹ ਬਹੁਤ ਘਟਦੀਆਂ। ਸੋ ਇਹ ਇਹ ਵੀ ਵੱਡਾ ਪੁਆਇੰਟ ਸੀਗਾ ਕਿ ਦੂਜਿਆਂ ਬਾਰੇ ਸੋਚੋ ਆਪਣੇ ਬਾਰੇ ਘੱਟ ਸੋਚੋ ਥੋੜਾ ਜਿਹਾ। ਅਗਲਾ ਪੁਆਇੰਟ ਹੈਗਾ ਜੀ ਹੈਵ ਫੇਥ, ਭਰੋਸਾ ਰੱਖੋ। ਭਰੋਸਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਰਾ ਕੁਛ ਅਸੀਂ ਕੰਟਰੋਲ ਨਹੀਂ ਕਰ ਸਕਦੇ ਲਾਈਫ ਦੇ ਵਿੱਚ, ਕਦੋਂ ਕੀ ਕਿੱਥੇ ਕਿੱਦਾਂ ਹੋ ਜਾਣਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕਦੀ ਨਹੀਂ ਕੰਟਰੋਲ ਕਰ ਸਕਦੇ। ਆਪਾਂ ਸਿਰਫ ਕੁਛ ਹਿੱਸੇ ਲਾਈਫ ਦੇ ਕੰਟਰੋਲ ਕਰ ਸਕਦੇ ਹਾਂ। ਉਹਦੇ ਕਰਕੇ ਇੱਕ ਫੇਥ ਜਾਂ ਭਰੋਸਾ ਰੱਖਣਾ ਲਾਈਫ ਦੇ ਵਿੱਚ ਬਹੁਤ ਜ਼ਰੂਰੀ ਆ ਕਿ ਰੱਬ ਦੇ ਉੱਤੇ ਵਿਸ਼ਵਾਸ ਜਾਂ ਕਿਸੇ ਵੀ ਉਸਦਾ ਤੁਸੀਂ ਜਿਸ ਚੀਜ਼ ਵੀ ਬਲੀਵ ਕਰਦੇ ਹੋ ਉਸ ਚੀਜ਼ 'ਚ ਵਿਸ਼ਵਾਸ ਰੱਖਣਾ ਕਿ ਨਹੀਂ ਠੀਕ ਹੀ ਹੋਊਗਾ ਜੋ ਹੋਣਾ। ਜ਼ਰੂਰੀ ਨਹੀਂ ਕਿ ਮਾੜੇ ਤੋਂ ਮਾੜਾ ਹੀ ਹੋਣਾ, ਹੋ ਸਕਦਾ ਕੁਛ ਵਧੀਆ ਵੀ ਹੋਵੇ, ਹੋ ਸਕਦਾ ਕਿ ਤੁਸੀਂ ਕੁਛ ਇੱਦਾਂ ਤੁਹਾਡੇ ਦਿਮਾਗ 'ਚ ਕੁਛ ਨੈਗੇਟਿਵ ਸੋਚ ਆ ਰਹੀ ਆ, ਉਦੋਂ ਭਰੋਸਾ ਰੱਖਣਾ ਕਿ ਨਹੀਂ ਇਹ ਨਹੀਂ ਹੋਣਾ, ਕੁਛ ਵਧੀਆ ਹੀ ਹੋਣਾ ਹੈ। ਅੱਛਾ ਅਗਲਾ ਪੁਆਇੰਟ ਹੈਗਾ ਜੀ ਰੈਸਟ। ਅੱਛਾ ਕਈ ਜਣੇ ਚਿੰਤਾ ਜਾਂ ਸਟ੍ਰੈਸ ਵਿੱਚ ਤਾਂ ਪੈ ਜਾਂਦੇ ਕਿਉਂਕਿ ਆਪਾਂ ਕੰਮ ਬਹੁਤ ਕਰਦੇ ਹਾਂ, ਕੰਮ ਕਰਦੇ ਰਹਿੰਦੇ ਉਹਨਾਂ ਨਾਲ ਬਾਡੀ ਟਾਇਰਡ ਰਹਿੰਦੀ ਆ, ਅਤੇ ਟਾਇਰਡ ਬਾਡੀ ਰਹਿਣ ਦੇ ਨਾਲ ਬਿਜ਼ੀ ਹੋਣਾ ਚੰਗੀ ਗੱਲ ਆ, ਪਰ ਬਿਜ਼ੀ ਇੰਨਾ ਨਹੀਂ ਕਿ ਤੁਹਾਡੀ ਬਾਡੀ ਫਟੀਕ ਕਰ ਜੇ। ਫਟੀਕ ਮਤਲਬ ਕਿ ਤੁਹਾਡਾ ਦਿਮਾਗ ਬਿਲਕੁਲ ਥਕਾਵਟ ਜਾਏ, ਕਿਉਂਕਿ ਜਦੋਂ ਤੁਸੀਂ ਥੱਕ ਜਾਂਦੇ ਹੋ ਟੁੱਟ ਜਾਂਦਾ ਸਰੀਰ, ਉਦੋਂ ਬਹੁਤ ਜ਼ਿਆਦਾ ਸਟ੍ਰੈਸ ਹੁੰਦੀ ਦਿਮਾਗ 'ਤੇ, ਉਦੋਂ ਚਿੰਤਾਵਾਂ ਖੜੀਆਂ ਹੁੰਦੀਆਂ, ਉਦੋਂ ਬੰਦਾ ਵਰੀ ਕਰਨ ਲੱਗ ਪੈਂਦਾ ਗੱਲਾਂ ਬਾਰੇ ਕਿ ਯਾਰ ਉਹ ਫੱਕ ਪੈਣ, ਕਿਉਂਕਿ ਉਦੋਂ ਦਿਮਾਗ ਦੀ ਉਹ ਵਿਲ ਪਾਵਰ ਘੱਟੀ ਹੁੰਦੀ ਹੈ, ਉਦੋਂ ਹਿੰਮਤ ਜਿਹੜੀ ਬਹੁਤ ਘੱਟੀ ਹੁੰਦੀ ਹੈ। ਤਾਂ ਕਿ ਰੈਸਟ ਜਿਹੜੀ ਪ੍ਰੋਪਰ ਚਾਹੀਦੀ ਹੈ, ਨੀਂਦ ਪ੍ਰੋਪਰ ਚਾਹੀਦੀ ਆ, ਅਤੇ ਥਰੂ ਆਊਟ ਦਾ ਡੇ ਵੀ ਕੰਮ ਕਰਦੇ ਕਰਦੇ ਵਿੱਚ ਰੈਸਟ ਜਿਹੜੀ ਆ ਬ੍ਰੇਕਸ ਜਿਹੜੀਆਂ ਉਹ ਵੀ ਜ਼ਰੂਰੀ ਨੇ। ਕੋਈ ਵੀ ਤਰ੍ਹਾਂ ਦਾ ਕੰਮ ਤੁਸੀਂ ਕਰਦੇ ਹੋ ਰੈਸਟ ਜਾਂ ਬ੍ਰੇਕ ਕਿਸੇ ਵੀ ਤਰੀਕੇ ਮੈਂਟਲ ਰਿਲੀਫ ਨੂੰ ਕਹਿੰਦੇ ਆ ਕਿ ਥੋੜ੍ਹਾ ਜਿਹਾ ਆਪਣੇ ਆਪ ਨੂੰ ਠੰਡ ਜੀ ਪਾਉਣ ਨੂੰ। ਅੱਛਾ ਅਗਲਾ ਪੁਆਇੰਟ ਆ ਗਿਆ ਵੀਰੇ ਗੱਲਬਾਤ। ਗੱਲਬਾਤ ਮਤਲਬ ਕਿ ਤੁਹਾਨੂੰ ਕਿਸੇ ਚੀਜ਼ ਦੀ ਚਿੰਤਾ ਆ, ਤੁਸੀਂ ਕਿਸੇ ਚੀਜ਼ ਬਾਰੇ ਦਿਮਾਗ ਦੇ ਵਿੱਚ ਬਾਰ ਬਾਰ ਸੋਚੀ ਜਾ ਰਹੇ ਹੋ, ਉਹਦੇ ਬਾਰੇ ਗੱਲ ਕਰ ਲਓ। ਤੁਹਾਡੇ ਕਲੋਸ ਕੌਣ ਹੈ, ਤੁਹਾਡਾ ਕੋਈ ਫਰੈਂਡ, ਤੁਹਾਡਾ ਕੋਈ ਫੈਮਿਲੀ ਮੈਂਬਰ, ਜੇ ਤੁਸੀਂ ਮੇਰੇ ਵਰਗੀ ਛੋਟੀ ਉਮਰ ਦੇ ਆਪਣੀ ਮਾਂ ਨਾਲ ਗੱਲ ਕਰ ਲਓ, ਆਪਣੇ ਕਿਸੇ ਫਰੈਂਡ ਨਾਲ ਗੱਲ ਕਰ ਲਓ ਕਿ ਮੈਨੂੰ ਇਸ ਚੀਜ਼ ਦੀ ਵਰੀ ਹੈ। ਜੇ ਤੁਸੀਂ ਗੱਲ ਕਰੋਗੇ ਕਿਸੇ ਦੇ ਨਾਲ ਕਿ ਆਹ ਚੀਜ਼ ਦੀ ਮੈਨੂੰ ਵਰੀ ਆ, ਮੇਰੇ ਦਿਮਾਗ 'ਤੇ ਆਹ ਘੁੰਮ ਰਿਹਾ, ਹੈ ਨਾ, ਉਦੋਂ ਕੀ ਹੋਊਗਾ ਕਿ ਤੁਸੀਂ ਉਸ ਚੀਜ਼ ਦੀ ਵਰੀ 'ਚੋਂ ਨਿਕਲ ਲੱਗ ਪਓ, ਕਿਉਂਕਿ ਤੁਹਾਨੂੰ ਇੱਕ ਪਰਸਪੈਕਟਿਵ ਨਾਲ ਮਿਲ ਜੂ। ਬੰਦਾ ਕਹੂ ਕਿ ਨਹੀਂ ਇੱਡੀ ਵੱਡੀ ਗੱਲ ਨਹੀਂ, ਤਾਂ ਮੈਂ ਬਣਾਈ ਜਾਂਦਾ, ਜਾਂ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਅਗਲਾ ਕੁਛ ਨਾ ਕੁਛ ਕਹਿ ਦਿੰਦਾ, ਉਹਦੇ ਨਾਲ ਜਿਹੜੀ ਵਰੀ ਆ ਦਿਮਾਗ 'ਚ ਖਤਮ ਹੋ ਜਾਂਦੀ। ਕਿ ਡਰੋ ਨਾ, ਕਿਸੇ ਵੀ ਗੱਲ ਦੀ ਜੇ ਵਰੀ ਆ ਉਹਦੇ ਬਾਰੇ ਗੱਲ ਕਰ ਲਓ ਕਿ ਮੈਨੂੰ ਇਸ ਚੀਜ਼ ਦੀ ਸਟ੍ਰੈਸ ਹੋ ਰਹੀ, ਮੈਨੂੰ ਟੈਨਸ਼ਨ ਹੋ ਰਹੀ, ਮੈਨੂੰ ਚਿੰਤਾ ਹੋ ਜਾਂ ਇੱਦਾਂ ਹੋ ਜਾਏ ਜਾਂ ਉੱਦਾਂ ਹੋ ਜਾਏ, ਜਾਂ ਹੋ ਰਿਹਾ ਤਾਂ ਮੈਨੂੰ ਉਹਦੀ ਚਿੰਤਾ ਉਹਦੇ ਬਾਰੇ ਕਿਸੇ ਨਾਲ, ਆਪਣੇ ਫੈਮਿਲੀ ਮੈਂਬਰ ਨਾਲ, ਆਪਣੇ ਫਰੈਂਡ ਨਾਲ, ਕਿਸੇ ਦੀ ਜਿੱਦ ਤੁਸੀਂ ਇੱਜ਼ਤ ਕਰਦੇ ਹੋ, ਜਿੰਨਾ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਉਹਦੇ ਨਾਲ ਗੱਲ ਕਰੋ, ਗੱਲ ਕਰਨੀ ਬਹੁਤ ਜ਼ਰੂਰੀ ਹੈ। ਅਗਲਾ ਪੁਆਇੰਟ ਹੈਗਾ ਵੀਰੇ ਮੇਰੇ ਕੋਲ ਇੱਥੇ, ਹਾਂ ਕਿ ਜਦੋਂ ਸਾਨੂੰ ਚਿੰਤਾ ਹੁੰਦੀ ਹੈ ਕਿ ਕਿੰਨਾ ਕੁਛ ਕਰਨ ਵਾਲਾ ਆ ਅਤੇ ਸਾਡੇ ਕੋਲ ਟਾਈਮ ਨਹੀਂ ਹੈਗਾ, ਉਦੋਂ ਸਕੈਜੂਲ ਬਣਾ ਲਓ। ਜਿੱਦਾਂ ਅੱਜ ਮੈਂ ਸਵੇਰੇ ਕੁਛ ਕਰਨਾ ਆ ਅਤੇ ਕਿੰਨਾ ਹੀ ਕੁਛ ਕਰਨਾ ਆ, ਸਕੈਜੂਲ ਬਣਾ ਲਓ ਅਤੇ ਜਿਹੜੀਆਂ ਸਭ ਤੋਂ ਜ਼ਰੂਰੀ ਚੀਜ਼ਾਂ ਨੇ ਉਹ ਪਹਿਲਾਂ ਕੰਪਲੀਟ ਕਰ ਲਓ, ਕਿਉਂਕਿ ਜਿਹੜੀਆਂ ਜ਼ਰੂਰੀ ਚੀਜ਼ਾਂ ਜੇ ਆਪਾਂ ਉਹ ਨਹੀਂ ਕਰਦੇ ਸਾਨੂੰ ਉਹ ਦਿਮਾਗ 'ਚ ਰੱਖਦੀਆਂ ਰਹਿੰਦੀਆਂ ਕਿ ਯਾਰ ਆਹ ਚੀਜ਼ ਜ਼ਰੂਰੀ ਹੈ, ਜਿਹੜੀ ਚੀਜ਼ ਜ਼ਰੂਰੀ ਆ ਜਿਸ ਤੋਂ ਬਿਨਾਂ ਨਹੀਂ ਸਰਨਾ ਉਹ ਕੰਮ ਪਹਿਲਾਂ ਕਰੋ, ਬਾਕੀ ਦੇ ਕੰਮ ਜਿਹੜੇ ਜਿਹਨਾਂ ਨੂੰ ਕਰਨ ਤੋਂ ਬਿਨਾਂ ਵੀ ਸਰ ਸਕਦਾ ਉਹ ਵਾਲੇ ਉਹ ਬਾਅਦ 'ਚ ਕਰੋ। ਜਿਹੜਾ ਕਿਹਨੂੰ ਕਹਿੰਦੇ ਅੰਗਰੇਜ਼ੀ ਪੁਟਿੰਗ ਫਸਟ ਥਿੰਗਸ ਫਸਟ, ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਕਰਨ ਵਾਲੀਆਂ ਉਹ ਪਹਿਲਾਂ ਕਰੋ, ਜਿਹੜੀਆਂ ਨਹੀਂ ਇੰਨੀਆਂ ਜ਼ਰੂਰੀ ਉਹ ਬਾਅਦ 'ਚ ਕਰੋ। ਇਹ ਵੀ ਬਹੁਤ ਵੱਡਾ ਪੁਆਇੰਟ ਹੈ ਆਪਣੀ ਸਟ੍ਰੈਸ ਰਿਡਿਊਸ ਕਰਨ ਨੂੰ, ਆਪਣੀ ਚਿੰਤਾ ਰਿਡਿਊਸ ਕਰਨ ਨੂੰ। ਅਗਲਾ ਪੁਆਇੰਟ ਮੇਰੇ ਕੋਲ ਇੱਥੇ ਹੈਗਾ ਵੀਰੇ ਰਿਡਿਊਸ ਬੋਰਡਮ ਕਿ ਜਿੱਦਾਂ ਮੈਂ ਗੱਲ ਕੀਤੀ ਫਟੀਕ ਦੀ, ਬਾਡੀ ਟਾਇਰਡ ਹੋ ਜਾਂਦੀ, ਟਾਇਰਡ ਬਾਡੀ ਆਪਾਂ ਜਦੋਂ ਆਪਾਂ ਕਿਸੇ ਚੀਜ਼ ਬਾਰੇ ਐਕਸਾਈਟਡ ਹੁੰਦੇ ਹਾਂ, ਕਿਸੇ ਚੀਜ਼ ਬਾਰੇ ਅਸੀਂ ਗੁੱਡ ਫੀਲ ਕਰਦੇ ਹਾਂ ਆਪਣੇ ਬਾਰੇ, ਹੈ ਨਾ, ਕਿ ਜਿੱਦਾਂ ਮੈਂ ਕੋਈ ਵੀ ਕੰਮ ਕਰਨਾ, ਮੰਨ ਲਓ ਕਿ ਮੈਂ ਕਿਸੇ ਆਪਣੇ ਫਰੈਂਡ ਨਾਲ ਘੁੰਮਣ ਜਾ ਰਿਹਾ, ਉਹ ਚੀਜ਼ ਬੋਰਿੰਗ ਨਹੀਂ, ਉਹ ਇੰਟਰਸਟਿੰਗ ਹੈ। ਆਪਾਂ ਆਪਣੀ ਡੇਲੀ ਲਾਈਫ ਵੀ ਜਿੱਦਾਂ ਮੈਂ ਕੋਈ ਕੰਮ ਵੀ ਕਰਦਾ, ਮੈਂ ਟਰੱਕ ਚਲਾਉਂਦਾ, ਮੰਨ ਲਓ ਹੈ ਨਾ, ਜੇ ਟਰੱਕ ਚਲਾਉਂਦਾ ਮੈਂ ਕੋਈ ਇੱਦਾਂ ਦੀ ਚੀਜ਼ ਕਰਦਾ ਕਿ ਜਿੱਥੇ ਮੈਂ ਆਪਣਾ ਜਿਹੜਾ ਟਰੱਕ ਦਾ ਟਾਈਮ ਆ ਉਹਨੂੰ ਇੰਟਰਸਟਿੰਗ ਰੱਖਦਾ, ਜਿੱਦਾਂ ਹੁਣ ਮੈਂ ਵੀਡੀਓ ਬਣਾ ਰਿਹਾ ਅਤੇ ਮੈਂ ਆਡੀਓ ਬੁੱਕ ਸੁਣ ਰਿਹਾ, ਉਹਦੇ ਨਾਲ ਇੱਕ ਇੰਟਰਸਟ ਜਿਹਾ ਬਣਿਆ ਕਿ ਹਾਂ ਮੈਂ ਆਹ ਕੰਮ ਕਰ ਰਿਹਾ ਨਾਲ ਦੀ ਨਾਲ, ਟਰੱਕ ਚਲਾਉਣ ਦੇ ਨਾਲ ਦਾ, ਹੈ ਨਾ। ਉਹ ਇੰਟਰਸਟ ਦੇ ਨਾਲ ਤੁਹਾਡਾ ਫਟੀਕ ਘੱਟ ਹੁੰਦਾ, ਤੁਹਾਡੀ ਬਾਡੀ ਟਾਇਰਡ ਘੱਟ ਹੁੰਦੀ, ਕਿਉਂਕਿ ਤੁਸੀਂ ਕਿਸੇ ਚੀਜ਼ 'ਚ ਇੰਗੇਜਡ ਹੋ। ਤੁਸੀਂ ਕਿਤੇ ਦੇਖਿਓ ਜਿੱਦਾਂ ਕਹਿੰਦੇ ਆ ਕਿ ਵਿਆਹ ਦਾ ਬੜਾ ਚਾਅ ਹੁੰਦਾ, ਕਿ ਵਿਆਹ ਦਾ ਕਿਸੇ ਨੂੰ ਕਿਉਂ ਚਾਅ ਹੁੰਦਾ, ਕਿਉਂਕਿ ਉਹਦਾ ਉਹਦੇ ਮਨ 'ਚ ਐਕਸਾਈਟਮੈਂਟ ਆ, ਅਤੇ ਉਹ ਭਾਵੇਂ ਸਾਰੀ ਰਾਤ ਵਾ ਨਾ ਸੋਵੇਂ, ਜਿੱਦਣ ਉਹਦਾ ਵਿਆਹ ਵਾ ਉੱਧਰ ਵੀ ਭੱਜਾ ਹੀ ਫਿਰੇ, ਕਿਉਂਕਿ ਉਹ ਅੰਦਰ ਜਿਹੜੀ ਐਕਸਾਈਟਮੈਂਟ ਹੈ ਉਹਨੂੰ ਥੱਕਣ ਨਹੀਂ ਦਿੰਦੀ। ਤਾਂ ਕਰਕੇ ਜੇ ਆਪਾਂ ਕੋਂਸਟੈਂਟਲੀ ਕੋਸ਼ਿਸ਼ ਕਰੀਏ ਕਿ ਜਿਹੜਾ ਵੀ ਕੰਮ ਕਰਦੇ ਉਹਨੂੰ ਥੋੜ੍ਹਾ ਜਿਹਾ ਇੰਟਰਸਟਿੰਗ ਬਣਾਈਏ, ਕਿਸੇ ਤਰੀਕੇ ਨਾਲ ਉਹਨੂੰ ਐਕਸਾਈਟਿੰਗ ਬਣਾਈਏ, ਥੋੜ੍ਹਾ ਮਜ਼ੇਦਾਰ ਬਣਾਈਏ, ਉਹਦੇ ਨਾਲ ਫਟੀਕ ਥਕਾਵਟ ਬਹੁਤ ਜ਼ਿਆਦਾ ਘੱਟ ਜਾਂਦੀ ਆ, ਅਤੇ ਉਹਦੇ ਨਾਲ ਫਿਰ ਜਿਹੜੀ ਤੁਹਾਡੀ ਵਰੀ ਆ ਉਹ ਵੀ ਘੱਟ ਜਾਂਦੀ, ਕਿਉਂਕਿ ਤੁਹਾਡੀ ਬਾਡੀ ਜਿਹੜੀ ਆ ਉਹ ਟਾਇਰਡ ਨਹੀਂ ਹੁੰਦੀ। ਅੱਛਾ ਇਹ ਸੀਗੇ ਜੀ ਵੀਰੇ ਹਾਊ ਟੂ ਸਟਾਪ ਵਰਿੰਗ ਐਂਡ ਸਟਾਰਟ ਲਿਵਿੰਗ ਬੁੱਕ ਜਿਹੜੀ ਆ ਉਹਦੀ ਸਮਰੀ। ਬੁੱਕ ਬਹੁਤ ਵਧੀਆ ਵਾ, ਐਜ਼ ਅ ਰਿਵਿਊ ਮੈਂ ਤੁਹਾਨੂੰ ਦੱਸਾਂ, ਉਹ ਬੁੱਕ ਦੇ ਵਿੱਚ ਐਗਜ਼ਾਮਪਲ ਹੀ ਬਹੁਤ ਦੇ ਦਿੱਤੇ ਨੇ ਆਥਰ ਨੇ, ਜੇ ਤੁਸੀਂ
ਇੰਗਲਿਸ਼ ਵਾਲੀਆਂ ਕਿਤਾਬਾਂ ਪੜ੍ਹਦੇ ਹੋ ਵੀਰੇ, ਇਹ ਵਾਲੀ ਕਿਤਾਬ ਜ਼ਰੂਰ ਪੜ੍ਹਿਓ। ਮੈਨੂੰ ਤਾਂ ਮੈਂ ਤਾਂ ਆਨਲਾਈਨ ਦੇਖਦਾ ਰਹਿੰਦਾ, ਬੜੀ ਵਾਰ ਰੈਕਮੈਂਡ ਕੀਤੀ ਬੜੇ ਜਾਣੇ ਨੇ ਆਨਲਾਈਨ, ਜਿਹੜੇ ਬੰਦੇ ਨੂੰ ਮੈਂ ਫੋਲੋ ਕਰਦਾ, ਤਾਂ ਕਰਕੇ ਮੈਂ ਪੜ੍ਹ ਕੇ ਪਹਿਲਾਂ ਵੀ ਪੜ੍ਹੀ ਹੋਈ ਸੀ ਔਰ ਸੁਣੀ ਹੋਈ ਸੀਗੀ, ਅਤੇ ਹੁਣ ਮੈਂ ਦੋਹਰੇ ਸੁਣੀ ਇਸ ਵੀਡੀਓ ਦੇ ਲਈ, ਤਾਂ ਇਹਦੇ ਜਿਹੜੇ ਆਈਡੀਆਜ਼ ਨੇ ਆਪਣੇ ਪੰਜਾਬੀ ਭਰਾਵਾਂ ਨਾਲ ਸ਼ੇਅਰ ਕਰ ਸਕਾਂ। ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰ ਦਿਓ, ਜੇ ਤੁਹਾਨੂੰ ਇਹ ਸੈਗਮੈਂਟ ਵਧੀਆ ਲੱਗ ਰਿਹਾ ਕਿ ਇੱਦਾਂ ਦੀ ਗੱਲਾਂ ਮੈਂ ਕਰਿਆ ਕਰਾਂ ਤਾਂ ਵੀ ਦੱਸ ਦਿਓ, ਜੇ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਬੋਰਿੰਗ ਜਿਹਾ ਕੰਮ ਆ ਉਹ ਵੀ ਦੱਸ ਦਿਓ ਮੈਨੂੰ, ਫਿਰ ਆਪਾਂ ਉਸ ਹਿਸਾਬ ਨਾਲ ਅਗਲੀਆਂ ਵੀਡੀਓ ਬਣਾਵਾਂਗੇ। ਅਤੇ ਇਹ ਮੇਰੇ ਵਰਡ ਨਹੀਂ ਹੈਗੇ, ਇਹ ਮੈਂ ਇੱਕ ਕਿਤਾਬ ਤੋਂ ਪੜ੍ਹ ਕੇ ਉਹ ਤੁਹਾਨੂੰ ਦੱਸ ਰਿਹਾ, ਇਹਦੇ 'ਚ ਕੋਈ ਇੱਦਾਂ ਨਹੀਂ ਹੈਗੀ ਗੱਲਾਂ ਮੈਂ ਕਹਿ ਰਿਹਾ। ਇਹ ਗੱਲ ਤੁਸੀਂ ਜ਼ਰੂਰ ਦਿਮਾਗ ਰੱਖਿਓ, ਮੈਂ ਕੋਈ ਇੱਥੇ ਬੜਾ ਸਿਆਣਾ ਨਹੀਂ ਹੈਗਾ, ਮੈਂ ਸਿਰਫ ਉਹ ਗੱਲਾਂ ਦੱਸ ਰਿਹਾ ਜਿਹੜੀਆਂ ਮੈਂ ਆਲਰੇਡੀ ਪੜ੍ਹੀਆਂ ਨੇ, ਉਹ ਬਸ ਮੈਂ ਪੰਜਾਬੀ 'ਚ ਮਾੜੀ ਮੋਟੀ ਟ੍ਰਾਂਸਲੇਟ ਕਰਕੇ ਤਾਂ ਵੀਡੀਓ 'ਚ ਬੋਲ ਰਿਹਾ। ਆਲਰਾਈਟ, ਬਸ ਇੰਨੀ ਗੱਲ ਸੀਗੀ, ਵੀਡੀਓ ਕਰ ਦਿਓ ਲਾਈਕ, ਚੈਨਲ ਕਰ ਦਿਓ ਸਬਸਕ੍ਰਾਈਬ ਪ੍ਰਭਦੀਪ ਸਿੰਘ ਯੂਟਿਊਬ ਚੈਨਲ, ਅਤੇ ਹੋਰ ਵੀਡੀਓ ਮੈਂ ਪਾਉਂਦਾ ਰਹੂੰਗਾ। ਅਤੇ ਆਲਰਾਈਟ, ਬਾਏ ਬਾਏ, ਥੈਂਕ ਯੂ ਗਾਇਜ਼।